ਰੱਖੀ ਫਰਮੈਨਨ ਕਮੀ ਨਾ ਬਹਿ ਰਾਮੇ ਲੋਟੇ ਮੈਂ ਉਹ ਹਾਂ ਜਿਹੜਾ ਅਲੀ ਦੇ ਹੱਥਾਂ ਤੇ ਅਲੀ ਬਣਾ ਬੜੀ ਮਿਹਰਬਾਨੀ ਹੁਸੈਨ ਫਰਮਾਇਆ ਅਕਬਰ ਤੂੰ ਦੀ ਆਦੇ ਵੱਡੇ ਨਾਲ ਸਲਾਹ ਕਰ ਆ ਮੈਂ ਵੱਡੇ ਨਾਲ ਹਿੱਕਾ ਗੱਲ ਕਰਦਾ ਉੱਚੇ ਜਿਹੇ ਟਿੱਬੇ ਤੇ ਚੜ੍ਹਾਏ ਅਬਾ ਲਹੀਸ ਇਸ਼ਾਰਾ ਕੀਤੇ ਸੀ ਇਲਈਆ ਇਲਈਆ ਤੇਰੀ ਤਵੱਜੇ ਨਹੀਂ ਤੈਨੂੰ ਸਮਝ ਨਹੀਂ ਆਉਂਦੀ ਪਈ ਹੈ ਫਰਮਾਇਆ ਉਰੀਆ ਸਜਾਦ ਉਹ ਪੰਜਾਂ ਤੇ ਚੌਦਾਂ ਦੀ ਯਾਦ ਤੈ ਜੰਗ ਨਹੀਂ ਕਰਨੀ ਤੈ ਸ਼ਾਮ ਵਜਣਾ ਜਿਹੜਾ ਸਜਾਦ ਦੇ ਦੁੱਖਾਂ ਤੇ ਸ਼ਾਮ ਤੇ ਹੈ ਨਹੀਂ ਕਰਦਾ ਉਹ ਸ਼ੀਰ ਨਹੀਂ ਆਦੀ ਚਾਚਾ ਜਿਹੜੇ ਟਾਈਮ ਦਾ ਤੁਸੀਂ ਮੈਦਾਨ ਚ ਬੁਲਾਏ ਨਾ ਤੇ ਮੈਂ ਤੁਹਾਡਾ ਬਾਕਰ ਦੀ ਮਾਂ ਬਿਸਤਰ ਚਾ ਬਿਸਤਰ ਬਣਾ ਮੈਂ ਆਖੇ ਬਾਕਰ ਦਾ ਬਾਬਾ ਤਵੱਜੋ ਕਰੇ ਤੂੰ ਤਾਂ ਜੰਗ ਕਰਨ ਕੀ ਆਵੇਂ ਮੈਂ ਤੁਹਾਡਾ ਬਾਕਰ ਦੀ ਮਾਂ ਮੈਂ ਕੋ ਬਾਬੇ ਆਖੇ ਤੇ ਜੰਗ ਨਹੀਂ ਕਰਨੀ ਤੇ ਸ਼ਾਮ ਵਜਣਾ ਹੈ ਮੇਰੇ ਚਾਚੇ ਅਬਾਸ ਤੁਆ ਮੇਰੇ ਖੈਮੇ ਜੀ ਦਾ ਚਾ ਨੌਕਰਾ ਵਲਾ ਵਲਾ ਨਪੜੋ ਅੱਧਾਂ ਸੁਣੋ ਚਾਚੇ ਅਬਾਸ ਮੇਰੇ ਜਰਨੈਲ ਚਾਚੇ ਤੁਆ ਜਿਤਨਾ ਸਾਮਾਨ ਜੰਗੀ ਹੈ ਮੇਰੇ ਖੈਮੇ ਚ ਉਚਾਵੇ ਅਦੇ ਚਾਚਾ ਉਸ ਟਾਈਮ ਦਾ ਸੁੱਤੇ ਉੱਠੇ ਨਹੀਂ ਆ ਉੱਠਦਾ ਨਹੀਂ ਜਗੈਂਦੀਆਂ ਜਾਗਦਾ ਨਹੀਂ ਸਯਾਦਾ ਦੇ ਸੱਜਣ ਜੋ ਟੁਰਦੇ ਰਹਿਣ ਹੁਣ ਮੈਂ ਤੁਹਾਡੇ ਕਿੱਥੇ ਵਹਿਣ ਕਰਦਾ ਸੱਜਣ ਟੁਰਦੇ ਰਹਿਣ ਇਹ ਮੇਰੇ ਸਜਾਦ ਤੋਂ ਮਿਲ ਕੇ ਨਹੀਂ ਗਏ ਹੁਣ ਤਰਤੀਬ ਸੁਣਿਆ ਜਿਹੜੇ ਜਵਾਨ ਬੈਠੇ ਹੋ ਆਦੀ ਚਾਚਾ ਸਾਰੇ ਮਿਲ ਗਏ ਕਿਵੇਂ ਕਿਵੇਂ ਮਿਲ ਗਏ ਆਦੀ ਪਹਿਲੇ ਪਹਿਲੇ ਹੱਥ ਭਰ ਆਏ ਉਹ ਪੇਰਾਂ ਦੀਆਂ ਤਲੀਆਂ ਚੁੱਕ ਗਈਆਂ ਵਹਿਣ ਕਰਕੇ ਰੋ ਜਿਵੇਂ ਬਜ਼ੁਰਗ ਰੋਂਦੇ ਪਏ ਅਕਬਰ ਆਏ ਪੇਰਾਂ ਦੀਆਂ ਤਲੀਆਂ ਕਾਸਿਮ ਆਏ ਉਹ ਸੀਨਾ ਆਉਣ ਮੁਹੰਮਦ ਐਨ ਕੋਈ ਗਰਦਨ ਕੋਈ ਦਾੜੀ ਕੋਈ ਪੇਸ਼ਾਨੀ ਆਦੀ ਚਾਚਾ ਕਬਰ ਵਿੱਚ ਨਬਲ ਸਾਂ ਸਾਰਾ ਤੂੰ ਆਖਿਰ ਤੇ ਅਲਮਾਲ ਚਾਚਾ ਅਬਾਸ ਹੈ ਦੇਖੋ ਚਾਲਾਂ ਨੂੰ ਜਿਹਦੇ ਅਲਮ ਖੜੇ ਆਦੀ ਚਾਚਾ ਕਬਰ ਵਿੱਚ ਨਬਲ ਸਾਂ ਨਾ ਦਾੜੀ ਨਾ ਪੇਸ਼ਾਨੀ ਲਾਲਾ ਲੀਰਜ਼ਾ ਨਾ ਸੀਨਾ ਨਾ ਗਰਦਨ ਆਦੀ ਕਬਰ ਚ ਨਹੀਂ ਮੈਂ ਜੰਨਤ ਨ ਜੋ ਬੁਲਸਾ ਕਰਮ ਕਰਵਟ ਬਦਲ ਕੇ ਕੰਡ ਚੁੰਦਾ ਹਾਂ ਆਦਾ ਨਾਲ ਇੱਕ ਮਿਦਾਜ ਏ ਤੇ ਪਿਓ ਦੇ ਕਾਤਿਲ ਤਾਦੀਆਂ ਨੇ ਸਯਾਦਾ ਤੇ ਤੇਰੇ ਕੋਲ ਨਹੀਂ ਜਾਗਦਾ ਦਵਤ ਮੈਂ ਆਪ ਜਗੇਂਦਾ ਇਹੋ ਵਹਿਣ ਤੇ ਡੂਬ ਬੰਦ ਬਜ਼ੁਰਗਾਂ ਦੇ ਬਾਬੇ ਦੇ ਰੰਗ ਚ ਉਹਦੀ ਤਾਂ ਜੁੱਤੀ ਨਾਲ ਨਹੀਂ ਰਲਦੇ ਕੋਸ਼ਿਸ਼ ਕਰਦੇ ਤਾਂ ਗੁਸੋਜ਼ੀਆਂ ਨਾਲ ਇੱਕ ਵਹਿਣ ਇੰਤਜ਼ਾਰ ਮੁਕਾਵਾਂ ਸਯਾ ਤਾਂ ਤੇਰੇ ਕੋਲ ਨਹੀਂ ਜਾਗਦਾ ਨਾ ਤਵਾ ਤਾਂ ਮੈਂ ਜ਼ਖਮੀ ਤਸਾ ਆਪ ਜਗੇਂਦਾ ਹੁਣ ਮੈਂ ਦੇਖਿਆ ਜਿਹੜੇ ਜਵਾਨ ਬੈਠੇ ਹੋ ਸਜਾਦ ਕੋਈ ਉਠੇਂਦਾ ਹੈ ਇੱਥਾਂ ਕੀ ਨਾ ਸਜਾਦ ਕੋ ਦੁਬਾਰਾ ਸਜਾਦ ਦੀ ਕੰਡ ਆਪਣੀ ਜ਼ਖਮੀ ਸੀਨੇ ਨਾਲ ਫਰਮਾਨ ਜਾਗ ਬਾਬਾ ਟੁਰਿਆ ਵੈਂਦਈ ਹੁਣ ਜਿਤਨੇ ਜਵਾਨ ਬੈਠੇ ਹੋ ਸਜਾਦ ਦੀ ਅੱਖ ਲੀਏ ਦਿੱਠਾ ਤਾਂ ਪਿਓ ਦੇ ਡਾਲੀ ਤੇ ਖੂਨ ਪੇਸ਼ਾਨੀ ਜ਼ਖਮੀ ਪੂਰਾ ਬਦਨ ਜ਼ਖਮੀ ਜਿਹੜੇ ਜਵਾਨ ਬੈਠੇ ਹੋ ਅੱਲਾ ਨਾ ਕਰੇ ਜਿਹੜਾ ਤੁਹਾਡਾ ਪਿਓ ਜ਼ਖਮੀ ਹੋਵੇ ਤੁਸੀਂ ਬਰਦਾਸ਼ਤ ਕਰੇ ਸੋ ਇਹ ਤਾਂ ਗੈਰਤ ਦਾ ਮੁਰਗਾ ਦੇ ਨਾ ਸੱਜਾ ਹੱਗਲ ਮਾਰ ਗਿਆ ਦਾਦਾ ਗਰਦੀ ਮਾਂ ਖੜੀ ਕਿਉਂ ਮੈਂ ਆਦੀ ਸਰਦਾਰ ਕਿਆ ਗਰਾ ਜ਼ਿਆਦਾ ਲੈ ਕਿਨ ਗਿਆ ਮੈਂ ਨਾ ਜਾ ਜਾ ਮੇਰਾ ਬਾਬਾ ਦਾੜੀ ਦੇ ਖੂਨ ਕਿਉਂ ਮੱਲੀ ਵੱਧਾ ਤੇਰੇ ਇਮਾਮ ਖੁਦ ਦੀ ਗੱਲ ਹੈ ਸਯਾਦਾ ਦੇ ਗਏ ਗੁਹਕਲਾ ਨਮਾਰ ਸਯਾਦਾ ਦੇ ਕੋਈ ਨੀ ਵੀ ਬਚ ਗਈ ਆ ਇੱਕ ਤੂੰ ਬਚ ਗਈ ਇੱਕ ਮੈਂ ਅਲੇ ਬਾਬਾ ਫੌਜ ਕਿਨ ਗਈ ਆਈ ਹੋ ਬੇ ਔਲਾਦਾ ਵਾਸਤੇ ਪਿੰਡ ਕੀ ਨਾ ਹੈ ਜਦਾ ਕਸ ਬਾਬਾ ਫੌਜ ਕਿਨ ਗਈ ਸਯਾਦਾ ਦੇ ਮੈਂ ਲਾਲ ਆਖਰੀ ਸਿਪਾਹੀ ਹੁਣ ਦਫਨ ਕੀਤੀਆਂ
ਕਿਹੜਾ ਸਿਪਾਹੀ ਸਜਾਦਾ ਦੇ ਦਾ ਪੀ ਗਿਆ ਲ ਅਸਗਰ ਆਦੇ ਬਾਬਾ ਬਾਲ ਵਦਾ ਮਰਵਾਇਨੇ ਮੈਂ ਕੋਈ ਜਾਲਤ ਕਿਉਂ ਨਾ ਦੇਂਦਾ ਸਜਾਦਾ ਲੈ ਤੇ ਕੋਈ ਜਾਲਤ ਨਹੀਂ ਹੋਇਆ ਮੇਰੀ ਬੇਣੀ ਦੇ ਨਾਲ छोटे बाल रोते पे कोई सुनी बिरा बैठे मैं सयादा तरी मिन्नत करेंदा अस इवें ना रोंदे अल्लाह की कैनात हुसैन तो वड्डा मेरे को मजलूम दिखा या गरीब दिखा जेड़ा कोई कहेदा मर वने कहेदा बुजुर्ग मर वने मैं सारे में तुम्हें कोल पूछदा तुसा दस्तार बंदी कदा करदे बोलो यार चाचा दे कुलखाने जिवें त्रीजनी कुलखाने आवा साहिब तो फिर के भाई गुलाम बास को फिर के आखरी अदादार तक अगर तू शिया सरवेना है पत्थरा जुबानियां दे तू मोमिन अदादार है हुसैन लाला बागिर केड़ा वड्डा मजलूम है तू सब पग परवेंदे हो कुलखानी पर दादारा च नहीं मर्दा च बने हुसैन दे आलिया मेर बड़ो कुरान मैं जी दे पग बनवेंदा या लाला बड़ो कुरान जी बाबा नौकरा है कर जा मैं ओ वैन पिया परदा हुसैन टुरदा पे ते यतीमी दीने की मामत दी पाक पिया बनवेंदा है लख वारी आपा लख वारी सयाला ले अम्मा फिदा बीबी अंकु आंख जल्दी आवे मैं जी दे पाक बनवेंदा चाचा पाक की बनवेंदा बैठे ते वसीयत की सुनावा मेरे डाने फजल हुसैन शाह दे हाथ दल कोई बांध हे जालत पाक ही बनवाई से सयाला दे बादशाह दत मैनी दे ते इमाम होंदा आज तू कुरान पढ़ने जरे बैठे हो जी इन्ना उजड़ गया ਰੋਣ ਲਾਦਾਰ ਸਾਰਾ ਪੋ
एक बत्तर रोवे मलाम महारी को आदें अगला पाठ पढ़ा बाल पढ़ा सयादा देता रातोवी मातब कर के मातब और मेरी जाएं आप दी के आपका सतीजा सदी के पुत्र की जिंदगी हुई Yeah, I'm sorry.
सैयदा दे रखे खास खरिया मातम कर रहा और रखे खास खरिया और करिया गाई को खा गई है मार आए तो मैंने की थी जो छी फसल नहीं मारे जाए पहला पल बड़ा सैयदा दे बादशाह Yeah, you man.